इस वेले जुड़ रहे ने। शाइना, किस तरह का माहौल है? अज सुहागणा का दिन है, करवा चौथ का दिहाड़ा है, तो किहो जिहियां रौनकां तुहानूं सुखना झील ते वेखण नूं मिल रही है? हाँ जी गौरव जी, अज करवा चौथ के मौके पर इतने आप मौजूद ने सुखना झील उत्थे, जिथे महिलावां पूरी सज धज के तैयार ने, चांद के दीदार का इंतजार कर रही ने। इतने कुछ महिला मौजूद ने, आप गल करांगे उन्होंने नाल। तुहाडा व्रत किदां दा चल रहा है? बहुत वधिया चल रहा है। भुख लग रही कि नहीं? नहीं, नहीं, बिल्कुल नहीं लग रही। चांद नूं देखण दा इंतजार हो रहा है? हुण तां इंतजार ही है चांद दा। अच्छा, इतने होर महिलावां साडे नाल ने, आप गल करांगे इन्हां दे नाल। ਤੁਹਾਡਾ ਵਰਤ ਕਿੱਦਾਂ ਦਾ ਚੱਲ ਰਿਹਾ ਜੀ? ਬਹੁਤ ਵਧੀਆ ਜੀ। ਤਾਂ ਇੰਤਜ਼ਾਰ ਕਰ ਰਹੇ ਹੋ ਤੁਸੀਂ ਚਾਂਦ ਦਾ ਜੀ? ਭੁੱਖ ਤਾਂ ਨਹੀਂ ਲੱਗੀ ਹਾਲੇ ਤੱਕ? ਹਸਬੈਂਡ ਆਏ ਹੋਏ ਨੇ ਨਾਲ? ਚਲੋ, ਔਰ ਮਹਿਲਾਵਾਂ ਦੇ ਨਾਲ ਆਪਾਂ ਚੱਲਦੇ ਨੇ। ਤੇ ਕਾਫੀ ਸੱਜ ਧੱਜ ਕੇ ਇੱਥੇ, ਮਤਲਬ ਤੁਸੀਂ ਵੇਖ ਸਕਦੇ ਹੋ ਕਿੱਦਾਂ ਦੀ ਥਾਲੀ ਇਹਨਾਂ ਨੇ ਲਈ ਹੋਈ ਆ, ਪੂਰੇ ਕਰਵਿਆਂ ਦੇ ਨਾਲ ਇੱਥੇ ਨੇ। ਤੁਹਾਡਾ ਵਰਤ ਕਿੱਦਾਂ ਦਾ ਚੱਲ ਰਿਹਾ ਹੈ? ਬਹੁਤ ਅੱਛਾ ਚੱਲ ਰਿਹਾ ਹੈ। ਹਸਬੈਂਡ ਨਾਲ ਆਏ ਹੋਏ ਨੇ ਤੁਹਾਡੇ? ਤੇ ਚਾਂਦ ਦਾ ਪੂਰਾ ਇੰਤਜ਼ਾਰ ਹੋ ਰਿਹਾ ਹੈ? ਭੁੱਖ ਤਾਂ ਨਹੀਂ ਲੱਗੀ ਹਾਲੇ ਤੱਕ? ਨਹੀਂ, ਚਾਹ ਬਹੁਤ ਚੜ੍ਹਿਆ ਜੀ, ਭੁੱਖ ਨਹੀਂ ਲੱਗੀ। ਅੱਛਾ, ਚਾਹ ਬਹੁਤ ਚੜ੍ਹੀ ਇੱਥੇ ਪਰ ਭੁੱਖ ਨਹੀਂ ਲੱਗੀ ਹਾਲੇ ਤੱਕ। ਤੇ ਇੱਥੇ ਇੱਕ ਹੋਰ ਮਹਿਲਾਵਾਂ ਨਾਲ ਆਪਾਂ ਗੱਲ ਕਰਾਂਗੇ। ਤੁਹਾਡਾ ਤਾਂ ਵਰਤ ਕਿੱਦਾਂ ਦਾ ਚੱਲ ਰਿਹਾ ਜੀ? ਵਧੀਆ ਚੱਲ ਰਿਹਾ ਜੀ। ਅੱਛਾ, ਤੇ ਹਾਲੇ ਤੱਕ ਭੁੱਖ ਤਾਂ ਨਹੀਂ ਲੱਗੀ ਤੁਹਾਨੂੰ? ਇੱਥੇ ਸੁਖਨਾ ਲੇਕ ਤੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਚਾਂਦ ਦਾ, ਹੋਰ ਕਿੱਦਾਂ ਦੀ ਤਿਆਰੀਆਂ ਕਰਵਾ ਚੌਥ ਨੂੰ ਲੈ ਕੇ, ਕੁਝ ਸਪੈਸ਼ਲ? ਹਾਂਜੀ, ਚੱਲ ਰਹੀਆਂ ਬਹੁਤ ਸੁਬਾਹ ਦੀਆਂ। ਹੋਰ ਮਹਿਲਾਵਾਂ ਨਾਲ ਇੱਥੇ ਆਪਾਂ ਗੱਲ ਕਰਾਂਗੇ। ਸ਼ਾਈਨਾ, ਤੁਹਾਡਾ ਸ਼ਾਈਨਾ, ਚਾਈਨਾ, ਤੁਸੀਂ ਥੋੜ੍ਹਾ ਆਪਣੇ ਕੈਮਰਾ ਪਰਸਨ ਨੂੰ ਕਹੋ ਕਿ ਉੱਥੇ, ਕਿਉਂਕਿ ਕਾਫੀ ਅਸੀਂ ਦੇਖ ਰਹੇ ਹਾਂ ਕਿ ਰਸ਼ ਹੈ, ਕਾਫੀ ਲੋਕ ਆਏ ਹੋਏ ਨੇ, ਥੋੜ੍ਹਾ ਦਿਖਾ ਸਕਣ ਪੰਜਾਬ ਦੇ ਲੋਕ, ਦੇਖ ਸਕਣ ਕਿ ਰਾਜਧਾਨੀ ਦੀ ਸੁਖਨਾ ਝੀਲ, ਉਹ ਵੀ ਕਰਵਾ ਚੌਥ ਵਾਲੇ ਦਿਨ, ਅਤੇ ਉੱਥੇ ਦਾ ਕੁਛ ਨਜ਼ਾਰਾ, ਕੁਛ ਉੱਥੇ ਦੇ ਦ੍ਰਿਸ਼ ਜਿਹੜੇ ਦਿਖਾ ਸਕਣ। ਅਤੇ ਤੁਸੀਂ ਇਹਨਾਂ ਮਹਿਲਾਵਾਂ, ਖਾਸ ਤੌਰ 'ਤੇ ਇਹਨਾਂ ਸੁਹਾਗਣਾਂ ਨੂੰ ਵੀ ਪੁੱਛਣਾ ਕਿ ਪੂਰਾ ਦਿਨ ਕਿਸ ਤਰ੍ਹਾਂ ਇਹਨਾਂ ਨੇ ਲੰਘਾਇਆ, ਕੀ ਇਹਨਾਂ ਨੂੰ ਬੇਸਬਰੀ ਸੀਗੀ ਕਿ ਕਿਸ ਤਰੀਕੇ ਨਾਲ ਸ਼ਾਮ ਹੋਵੇ ਅਤੇ ਚੰਦਰਮਾ ਨਿਕਲੇ ਅਤੇ ਅਸੀਂ ਕਦੋਂ ਵਰਤ ਤੋੜੀਏ ਅਤੇ ਕੁਛ ਨਾ ਕੁਛ ਖਾਈਏ, ਇਹ ਵੀ ਤੁਸੀਂ ਜਾਣਨਾ, ਪਹਿਲੇ ਉੱਥੇ ਕੁਛ ਦ੍ਰਿਸ਼ ਜਿਹੜੇ ਹੈ ਤੁਸੀਂ ਦਿਖਾ ਸਕੋ ਤਾਂ। ਹਾਂਜੀ, ਇੱਥੇ ਆਪਾਂ ਗੱਲ ਕਰਾਂਗੇ ਹੋਰ ਮਹਿਲਾਵਾਂ ਦੇ ਨਾਲ ਜਿਹੜੀ ਸਾਡੇ ਨਾਲ ਮੌਜੂਦ ਨੇ। ਤਾਂ ਆਪਾਂ ਗੱਲ ਕਰਦੇ ਹਾਂ, ਅੱਜ ਤੁਸੀਂ ਸਾਰਾ ਦਿਨ ਬਤੀਤ ਕਿਵੇਂ ਕੀਤਾ? ਹਾਂਜੀ, ਅਮਰੋ ਟੀ ਵੀ ਦੇਖ ਕਰ ਤੋਂ ਅਸੀਂ ਟੀ ਵੀ ਦੇਖਿਆ ਤੋਂ ਸਾਰਾ ਦਿਨ ਮਨ ਮਹਿੰਦੀ ਲਾਈ ਪੈਰਾਂ ਦੇ ਵਿੱਚ, ਹੱਥਾਂ ਦੇ ਵਿੱਚ। ਕਾਫੀ ਇੰਜੋਏ ਕਰ ਰਹੇ ਹੋ? ਹਾਂਜੀ। ਭੁੱਖ ਤਾਂ ਨਹੀਂ ਲੱਗੀ ਹਾਲੇ ਤੱਕ? ਨਹੀਂ, ਪਤੀ ਨੇ ਪੂਰੇ ਸਪੋਰਟ ਕੀਤਾ ਹੋਇਆ ਹੈ ਜੀ, ਬਿਲਕੁਲ। ਇੱਥੇ ਹੋਰ ਵੀ ਸਾਡੇ ਨਾਲ ਮੌਜੂਦ ਨੇ ਤੇ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਆਈਏ, ਤੁਹਾਡਾ ਵਰਤ ਕਿੱਦਾਂ ਦਾ ਚੱਲ ਰਿਹਾ? ਬਹੁਤ ਅੱਛਾ, ਮੈਂ ਬਹੁਤ ਬਚਪਨ ਤੋਂ ਇਹ ਵਰਤ ਰੱਖਦੀ ਆ ਰਹੀ ਹਾਂ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਹਸਬੈਂਡ ਨੂੰ ਬਹੁਤ ਪਸੰਦ ਹੈ, ਉਹਨਾਂ ਦੀ ਖੁਸ਼ੀ ਲਈ ਜਦੋਂ ਖੁਸ਼ ਹੁੰਦੇ ਮੈਨੂੰ ਹੋਰ ਦਿਲ ਕਰਦਾ ਕਿ ਅੱਛੀ ਤਰ੍ਹਾਂ ਇਸ ਵਰਤ ਨੂੰ ਸੈਲੀਬ੍ਰੇਟ ਕਰਾਂ। ਸ਼ਾਮ ਨੂੰ 5 ਵਜੇ ਅਸੀਂ ਸਾਰੀ ਗਲੀ ਦੀਆਂ ਪਾਰਕ ਵਿੱਚ ਬੈਠ ਕੇ ਲੇਡੀਜ਼ ਨੇ ਇਸ ਦੀ ਕਥਾ ਕੀਤੀ, ਜਿਹਦੇ 'ਚ ਬੜਾ ਹੀ ਪਿਆਰਾ ਜਿਹਾ ਗੀਤ ਗਾਇਆ ਜਾਂਦਾ, ਜਿਹਨੂੰ ਸੁਣ ਕੇ ਲੋਕ ਤਾਲੀਆਂ ਵਜਾਉਂਦੇ, ਬੜੇ ਖੁਸ਼ ਹੁੰਦੇ ਹੈਗੇ ਆ। ਅਤੇ ਉਹ ਗਾਣਾ ਹੈ, ਲੈ ਵੀਰ ਪਿਆਰੀ ਕਰਵੜਾ, ਲੈ ਕਰਵੜਾ ਬਟਾਇਆ, ਜਵਨ ਦਾ ਚੋਲੀ ਪਾਇਆ, ਲੈ ਵੀਰ ਪਿਆਰੀ ਵੀਰਾਂ, ਲੈ ਚੰਨ ਚੜ੍ਹੇ ਤੇ ਪਾਣੀ ਪੀਣਾ, ਕੱਤੀ ਨਾ ਅਟੇਰੀ ਨਾ, ਘੁੰਮ ਚ ਰੱਖੜਾ ਫੇਰੀ ਨਾ, ਰੁੱਤੇ ਨੂੰ ਜਗਾਈ। ਹਾਂਜੀ, ਤੁਸੀਂ ਵੇਖ ਸਕਦੇ ਹੋ ਇੱਥੇ ਮਹਿਲਾਵਾਂ ਵਿੱਚ ਕਿੰਨਾ ਉਤਸ਼ਾਹ ਹੈ ਕਰਵਾ ਚੌਥ। ਸ਼ਾਈਨਾ, ਸ਼ਾਈਨਾ, ਇਹ ਮਹਿਲਾ ਜਿਹੜੇ ਤੁਹਾਨੂੰ ਕੁਛ ਅੱਜ ਕਰਵਾ ਚੌਥ ਦੇ ਬਾਰੇ ਕੁਛ ਖਾਸ ਜੋ ਚੀਜ਼ ਦੱਸ ਰਹੇ ਸੀ ਕਿ ਇਹ ਸਾਡੇ ਦਰਸ਼ਕਾਂ ਨੂੰ ਸੁਣਵਾਓ ਕਿ ਇਹ ਕੀ ਦੱਸ ਰਹੇ ਨੇ। ਅੱਛਾ, ਅਸੀਂ ਤੁਹਾਡੇ ਪੁੱਛਣਾ ਚਾਹੁੰਦੇ ਨੇ ਕਿ ਤੁਸੀਂ ਇਹ ਜੇ ਹਾਲੇ ਹੁਣ ਲਾਈਨਾਂ ਰਿਸਾਈਟ ਕੀਤੀਆਂ ਨੇ, ਕਿਸ ਬਾਰੇ ਸੀ ਅਤੇ ਕਿ ਇਹਦਾ ਮਹੱਤਵ ਕੀ ਹੈ? ਇਸ ਦਾ ਮਹੱਤਵ ਇਹ ਹੈ ਕਿ ਇਹਦੀ ਕਹਾਣੀ ਨਾਲ, ਇਤਿਹਾਸਿਕ ਕਹਾਣੀ ਹੈ ਕਿ ਇੱਕ ਜੋ ਲੜਕੀ ਸੀ ਉਸਨੇ ਵਰਤ ਰੱਖਿਆ, ਉਹਦੇ ਭਰਾਵਾਂ ਦੀ ਬੜੀ ਪਿਆਰੀ ਸੀ ਅਤੇ ਉਹਨਾਂ ਨੇ ਸੋਚਿਆ ਕਿ ਇਹ ਭੁੱਖੀ ਹੈਗੀ ਤਾਂ ਉਹਨਾਂ ਨੇ ਝੂਠ ਬੋਲ ਕੇ ਕਿ ਚੰਦਰਮਾ ਨਿਕਲ ਆਇਆ ਤਾਂ ਉਹਨੇ ਕਾਲੀ ਚਾਦਰ ਤਾਨ ਕੇ ਪਿੱਛੇ ਲਾਈਟ ਜਗਾਤੀ, ਛੇਕ ਕਰ ਦਿੱਤੇ, ਉਹਨੂੰ ਕਿਹਾ ਤੇਰਾ ਚੰਦਰਮਾ ਚੜਿਆ ਆ, ਪਰ ਉਸਨੇ ਕਿਹਾ ਕਿ ਹਜੇ ਭਾਬੀਆਂ ਨੇ ਨਹੀਂ ਕੀਤੀ ਅਤੇ ਮੈਂ ਨਹੀਂ। ਉਹ ਕਹਿੰਦੇ ਨਹੀਂ, ਕੁਆਰੀਆਂ ਕੁੜੀਆਂ ਦਾ ਪਹਿਲਾਂ ਚੰਦਰਮਾ ਚੜ੍ਹਦਾ ਅਤੇ ਸ਼ਾਦੀਸ਼ੁਦਾ ਦਾ ਬਾਅਦ 'ਚ, ਇਸ ਕਰਕੇ ਉਹਨੇ ਅਰਗ ਦਿੱਤਾ। ਪਰ ਜਦੋਂ ਅੱਗੇ ਉਹ ਖਾਣਾ ਖਾਣ ਲੱਗੀ, ਪਹਿਲੇ ਵਿੱਚ ਉਹ 'ਚ ਬਾਲ ਨਿਕਲਿਆ, ਫਿਰ ਉਹਦੇ 'ਚ ਮੱਖੀ ਨਿਕਲੀ, ਤਾਂ ਤੀਸਰੇ ਵਾਲ ਉਸਦਾ ਜੋ ਇੰਗੇਜਮੈਂਟ ਹੋਈ ਹੋਈ ਸੀ ਉਹਦੇ ਹਸਬੈਂਡ ਦੀ ਡੈਥ ਦਾ ਸੰਦੇਸ਼ ਆ ਗਿਆ, ਅਤੇ ਉਸੇ ਵੇਲੇ ਉਸਦੀ ਮਾਂ ਨੇ ਕਿਹਾ ਕਿ ਸੱਜੀ ਕੁੱਖ ਬੰਨ ਲੈ ਅਤੇ ਉਸ ਨੂੰ ਲੈ ਕੇ ਉਹਨੂੰ ਭੇਜ ਦਿੱਤਾ। ਉਹਨੇ ਕਿਹਾ ਜਿੱਥੇ ਵੀ ਤੂੰ ਜਾਏਂਗੀ ਸਾਨੂੰ ਨਮਸਕਾਰ ਕਰਦੇ। ਅੰਤ ਵਿੱਚ ਜਦੋਂ ਘਰ ਪਹੁੰਚੀ ਤਾਂ ਉਹਦੇ ਪਤੀ ਠੀਕ ਨਹੀਂ ਸੀ ਅਤੇ ਉਸਨੇ ਕਰਵਾ ਚੌਥ ਦੇ 12 ਕਰਵਾ ਚੌਥ ਦੇ ਵਰਤ ਰੱਖੇ। 12ਵੀਂ ਜੋ ਅਛਰਾ ਮਾਤਾ ਆਈ ਤਾਂ ਉਸਨੇ ਉਹਨੂੰ ਆਸ਼ੀਰਵਾਦ ਦਿੱਤਾ ਅਤੇ ਉਸ ਤੋਂ ਉਹਨੇ ਆਪਣੀ ਚੀਚੀ ਦੇ ਖੂਨ ਕਰਕੇ ਛਿੱਟਾ ਮਾਰਿਆ ਅਤੇ ਉਹਦੇ ਪਤੀ ਦੇ ਬਿਲਕੁਲ ਠੀਕ ਹੋ ਗਏ। ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬਾਕੀ ਲੋਕ ਸੀ ਸਾਰਿਆਂ ਨੂੰ ਕਿਹਾ, ਉਸ ਤੋਂ ਬਾਅਦ ਇਹ ਕਥਾ
धार्मिक परंपरा लैके चलती आ रही है। अज भी असं देखते हैं कि हर जो औरत है इसे आस नाल कि उसके हस्बैंड की लंबी उम्र होवे, हर साल इस तरह मनांदियां रहन ते इस व्रत नूं करदे आ ते इसे आस नाल मैं कहिंदा बड़ी चंगी गल है। शाइन इन्हां ने धार्मिक महत्व के बारे दस्या, तुसीं कुछ नवीं सुहागणा नाल जेकर गल करा सके हो जिन्हां ने पहली बार व्रत रख्या होवे ते उन्हां दा एक्सपीरियंस किहो जिहा रहा? जिथे बहुत ने महिलावां ने जिन्हां इस बारी पहली बार व्रत रखिया ते उन्हां दा एक्सपीरियंस काफ़ी अच्छा गया है। आपां गल करांगे इत्थे एक महिला साडे नाल मौजूद ने। हाँ जी, तुसीं दस्सो तुहाडा एक्सपीरियंस किद्दां दा रिहा व्रत दा? बहुत वधिया, बहुत वधिया। पर इह मेरा 13वां व्रत सीगा। अच्छा, 13 साल हो गए साडे व्याह नूं, इट वॉज 13th एक्चुअली। हाँ जी, बहुत अच्छा रहा। करवा चौथ नूं लैके पूरी जोरों शोरों से तैयारियां चल रहियां ने? बिल्कुल जी बिल्कुल, हर बारी की तरह। पूछो सुखना झील ते आखिर की खास है कि सुखना झील ते क्यों आंदे ने? सुखना झील ते की खास है? इत्थे स्पेशली सुखना झील ते क्यों आए हुए हो? क्योंकि मैंने अपने फ्रेंड से बहुत सुना था कि सुखना लेक पे बहुत अच्छा लगता है, बहुत से लोग आते हैं। आई एम कम्फर्टेबल इन हिंदी, तो बहुत से लोग आते हैं, बहुत अच्छा नज़ारा होता है। तो दिस टाइम आई थॉट कि आई शुड ऑल्सो विजिट, that is it. देख रहे हो थे लोकी दस रहे ने कि सुखना लेक ते चंद दा काफी अच्छा नजारा होंदे, इस करके ओ इत्थे पहुंच रहे ने चंद दा दीदार करने लई ते अपना व्रत खोलन लई। इत्थे होर अपा महिलावां इत्थे साडे नाल ने ते उहनां नाल गल करदे आ। हां जी, तुहाडा व्रत किदां दा चल रहा है? बहुत वधिया, बहुत मजा आ रहा है और इंजॉय कर रहे हैं। काफी इंजॉय कर रहे हो? काफी इंजॉय। भूख तो नहीं लगी हाले तक? बिल्कुल भी नहीं, बस मन कर रहा है कि बस और दिन बढ़ जाए। अच्छा, एक दो दिन और रख लवा। चलो ठीक है। इत्थे मतलब महिलावां भी जितना उत्साह है कि वो तो कह रही ने कि हाले आप एक दो दिन होर व्रत रख सकदियां ने। तो करवा चौथ नूं लैके इत्थे महिलावां विच काफी उत्साह वेखण नूं मिल सकदा है। इत्थे आप गल करांगे होर महिलावां नाल जिथे इत्थे करवा चौथ दे अवसर ते मौजूद ने। हाँ जी, तुसीं दसो व्रत तुहाडा किदां दा चल रहा है? व्रत बहुत अच्छा चल रहा है, असी सारे लेक ते आए हैं क्योंकि इत्थे बहुत ज़्यादा इंजॉयमेंट हुंदा है। हाँ, और नाले चंद्रमा सानू सब तो पहला देखन नू मिलदा है, जल्दी व्रत टुटदा है। गोलगप्पे खावांगे, स्वीट कॉर्न। मतलब स्पेशल रेस्टोरेंट ते जाओगे कि तुसी तुहाडे हस्बैंड ने कुक किया होया अज? नहीं नहीं, हस्बैंड ने नहीं कुक किया, मेरी मदर इन लॉ ने कुक किया होया। असी घर जाके खाना खावांगे पर इत्थों दे गोलगप्पे खा के जावांगे। चलो, अदे एक होर महिला नाल आपां गल करदे आं। मेन्यू पहले ही डिसाइड किया होया शाइना, इन्हां ने अपना सारा मेन्यू सारा प्लान जिहड़ा पहले ही डिसाइड किया होया कि व्रत किवें तोड़ना ते उस तों बाद किथे किथे इन्हां ने जाना है। पानीपुरी के नज़ारे इन्होंने लेने ने। तो इतने होर महिलावां साडे नाल ने, तो उन्होंने नाल आपां गल करांगे। तुहाडा तां व्रत किदां दा चल रहा है? बहुत वधिया चल रहा है, पूरा फुल इंजॉय हो रहा है। फुल इंजॉय हो रहा है। स्पेशली सुखना लेक ते क्यों पहुंचे हो व्रत खोलन लई? इन्ने साल तो आए नहीं सी, असीं क्या चल अज इत्थे भी आके देख लिए किस तरह का नज़ारा लगेगा। अच्छा, इत्थे भी इंजॉय करके देख लिए, सारे चंडीगढ़ के लोग इत्थे आए हुए हैं। अच्छा, हाँ। ते एक इत्थे कोर्स महिलावां साडे नाल ने जेहड़े कि बहुत ही खूबसूरत तरीके नाल सजी होई ने, इन्हां नाल आपां गल करांगे। तुहाडा तां व्रत किदां दा चल रहा है जी? बहुत वधिया चल रहा है, फर्स्ट करवा चौथ है। फर्स्ट करवा चौथ है, गौरव तुसीं वेख सकदे हो इन्हां दा इस बारी फर्स्ट करवा चौथ है। ते काफी सज धज के तैयार होके सुखना लेक ते पहुंचे होए ने। आपां गल करदे इन्हां दे नाल, किदां दा व्रत रहा, पूरी तैयारियां ते सारा दिन क्या किया? सारा दिन प्रेयर कीती, ठीक है, फिर रेडी शेडी होए। पत्नी की लंबी आयु के लिए? पति की लंबी। अच्छा, पति भी तो पत्नी की लंबी आयु के लिए कर सकता है। आपके हस्बैंड कहाँ पे हैं? कनाडा में है। कनाडा में है वो तो। अच्छा ठीक है, और अभी मतलब क्या कनाडा दे विच है ते शाइना, अगर वो कनाडा दे विच ने ते ये अपना व्रत किवें तोड़ोगे? जी वो कनाडा विच रहंदे ने, तुसी व्रत किवें तोड़ोगे? वीडियो कॉल नाल? हां जी, वीडियो कॉल नाल। अच्छा ठीक है, ते सुखना लेक ते वो कह रहे ने कि वीडियो कॉल नाल वो अपना व्रत खोलनगी। ते होर मतलब डिनर लई और रेस्टोरेंट ते जाणगे, किथे जाणगे? रेस्टोरेंट ते। रेस्टोरेंट ते ठीक है, ते काफी मिस कर रही हूं अपने पति नु इस टाइम ते। होर इथे साडे नाल ने जिना नाल आपा गल करांगे। चलो शाइना, तुसी उहनां नाल गलबात करना सारे दे नाल, ताडे नाल असीं दोबारा भी जोड़ांगे। तुसी बिल्कुल बने रहो उथे, क्योंकि हाले तक अगर चांद नहीं निकलिया ते ज्यादा तो ज्यादा लोग उथे पहुंचणगे, दोबारा तुहाडे कोल आवांगे। बहुत बहुत धन्यवाद साडा गलबात करन लई।